ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਜਾਣੇ ਠੀਕ ਹੋਵੋਗੇ। ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵਲੌਗ 'ਚ। ਤਾਂ ਹੁਣ ਮੈਂ ਰੈਡੀ ਹੋ ਚੁੱਕਿਆ ਅਤੇ ਚਲੋ ਦੇਖਦੇ ਹਾਂ ਕਿ ਬਾਕੀ ਕੀ ਕਰ ਰਹੇ ਨੇ। ਇੱਕ ਜਣਾ ਤਾਂ ਇੱਥੇ ਬੈਠਾ ਹੋਇਆ, ਦੀਦੀ ਪਾਠ ਕਰ ਰਹੀ ਹੈ, ਪਾਪਾ ਇੱਥੇ ਬੈਠ ਕੇ ਟੀਵੀ ਦੇਖ ਰਹੇ ਨੇ, ਇੱਥੇ ਮੰਮੀ ਬ੍ਰੇਕਫਾਸਟ ਬਣਾ ਰਹੇ ਨੇ। ਅੱਜ ਦੋ ਚੀਜ਼ਾਂ ਬਣ ਰਹੀਆਂ ਨੇ, ਚਾਵਲ ਅਤੇ ਪਰੌਂਠੇ। ਦੋ ਚੀਜ਼ਾਂ ਕਿਉਂ ਬਣਾਈਆਂ? ਜਿਹਨੂੰ ਜਿਹੜੀ ਪਸੰਦ ਖਾ ਲਵੇ, ਜਿਹਨੂੰ ਦੋਨੋਂ ਪਸੰਦ ਹੈ। ये लेजेंड आ चुके हैं। मैं भी तरीफ सुन के राजी नहीं है कि तरीफ कर रहे सुन के राजी नहीं है। महान व्यक्ति चल बेटा, महान तू महान ही है। चम्मच दे दे। लो गाइस, आज बहुत ज्यादा ठंड है। ये बच्चे देखो सवेर के उत्ते चढ़ के पतंग उड़ा रहे ने। ਇਹਨਾਂ ਨੂੰ ਠੰਡ ਨਹੀਂ ਲੱਗਦੀ, ਹਫ਼ਤਾ ਹੋ ਗਿਆ ਠੰਡ ਹੀ ਆਈ ਜਾਂਦੀ। ਹਫ਼ਤਾ ਨਿਊ ਇਅਰ ਦੇ ਬਾਅਦ ਠੰਡ ਹੀ ਹੈ। ਸਵੇਰ ਦੇ ਪਤੰਗ ਉਡਾਉਣ ਦੇ ਨੇ ਮੇਰੇ ਸੱਚੇ ਫੱਦਾ ਦੇ ਅਵੇ ਹੈਗੇ ਨਾ, ਸਾਰੇ ਲੋਕ ਇਕੱਠੇ ਹੋਏ ਸੀ। ਗਾਇਸ ਕੋਵਿਡ ਕੇਸ ਕਾਫੀ ਵੱਧ ਰਹੇ ਨੇ, ਸੋ ਆਪਣਾ ਧਿਆਨ ਰੱਖੋ, ਮਾਸਕ ਲਗਾ ਕੇ ਰੱਖੋ, ਦੂਰੀ ਬਣਾ ਕੇ ਰੱਖੋ। ਤੇ ਹੁਣ ਅਸੀਂ ਬਣਾਉਣ ਜਾ ਰਹੇ ਹਾਂ ਇੱਕ ਵੀਡੀਓ, ਬੜੀ ਸੋਹਣੀ ਜਿਹੀ ਵੀਡੀਓ ਬਣਾਉਣ ਜਾ ਰਹੇ ਹਾਂ, ਤੇ ਜ਼ਰੂਰ ਦੇਖਿਓ। ਹੁਣ ਸਮਾਨ ਲੈਣਾ ਹੈ ਮੈਂ ਇੱਥੇ, ਇੱਕ ਇਹ ਟ੍ਰਾਈਪੋਡ ਲੈ ਲਿਆ ਅਤੇ ਮਾਈਕ। ਚਲੋ ਬਈ ਸ਼ੁਰੂ ਹੋ ਜਾਓ। ਆ ਦੇਖੋ ਘਰੇ ਮਾਸਕ ਲਗਾ ਗਿਆ ਹੈ। ਚਲੋ ਕਰੋ ਤਿਆਰੀਆਂ। चलो फसा है, चलो उठो 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 उठो, चलो सर आओ, चलो मैम मैम आओ आओ, उठो तो सही मैम। गाइस इतने मैं तैयारी करके बैठा है, देखो टाइम पास करी जा रहे ने सारे जाने। चलो यार जल्दी आ जाओ जल्दी। ਲਤਾ ਮੰਗੇਸ਼ਕਰ ਕਰੋਨਾ ਹੋ ਗਿਆ। ਅੱਛਾ ਕਦੋਂ? ਆਹ ਹੁਣ ਖਬਰ ਆ ਰਹੀ ਸੀ ਘਰ ਤੇ ਕਰੋਨਾ ਹੋ ਗਿਆ। ਸ਼ੂਟਿੰਗ ਮੇਂ ਰੁਕਾਵਟ ਆਤੇ ਹੋਏ ਫੋਨ ਆ ਚੁੱਕਾ ਹੈ, ਅਭੀ ਪਹਿਲਾ ਸੀਨ ਵੀ ਨਹੀਂ ਸ਼ੂਟ ਹੋਇਆ। ਕਿਆ ਲਗਤਾ ਹੈ ਇਨਸੈਕਟਿੰਗ ਹੋ ਜਾਏਗੀ? ਐਮੀ ਲਗਾ ਤਾਂ ਦੱਸਿਆ ਸੀ ਨਾ, ਤੇ ਦੂਜੀ ਗੱਲ ਹੁਣ ਫਿਰ ਕਹਿੰਦੇ ਬਿਮਾਰੀ ਬੜੀ ਫੈਲੀ। ਕੋਸ਼ਿਸ਼ ਕਰਾਂਗੇ। ਪਤਾ ਨਹੀਂ ਕਿਸ ਕੇ ਬਾਰੇ ਮੈਂ ਬੋਲਦਾ। ਨਹੀਂ ਨਹੀਂ ਉਨਸੇ ਹੋ ਜਾਏਗੀ। ਚਲਵਾ ਲੋ। ਹਾਂ ਮੈਂ ਤਾਂ ਕਰਕੇ ਕਿਹਾ। ਬਾਅਦ ਮੈਂ ਪਤਾ ਲੱਗੇ। ਮੰਮੀ ਕਿਸ ਕੀ? ਕਿਸ ਕੀ? ਤੁਹਾਡੀ? ਪਾਪਾ ਇਹ ਤਾਂ ਵਈ ਹੈ। बन चुकी है, पैकअप भी हो चुका है। इस तो भी बड़ी खुशी की गल ए है कि धुप भी आ चुकी है, ते सारे जने उत्ते ने, ते असी भी हुण उपर चलते हैं क्योंकि सानू भी धुप की बहुत लोड़ है। मम्मी ते पापा ਤੁਸੀਂ ਵੀ ਕੰਮ ਕੁੰਮ ਕਰ ਲਓ ਥੋੜ੍ਹਾ। ਗਾਇਜ਼ ਧੁੱਪ ਨਿਕਲ ਚੁੱਕੀ ਆ, ਹੁਣ ਚੱਲਦੇ ਹਾਂ ਅਸੀਂ ਉੱਪਰ ਮੰਮੀ ਪਾਪਾ ਕੋਲ। ਵਾਓ ਵਾਟ ਅ ਵਿਊ ਗਾਇਜ਼, ਪਤੰਗ ਵੀ ਉੱਡਣ ਲੱਗ ਗਏ ਨੇ ਥੋੜ੍ਹੇ ਥੋੜ੍ਹੇ। ਮੰਜੀ ਡਾਈ ਦੇਖੋ